اللہ رحم کرے, اللہ خیر کرے, اللہ خیر, اس بیماری نال میرا نانا مریا سی. ایک بھرا دا سر بھر گیا, ٹانگے نہیں لوائے, پیکو کرا لے آیا. اللہ خیر کرے. اے تے بھرا دی لات ٹٹ گئی, ڈاکٹر کہندا پلیٹا پڑی ہے, کہندا لال چمچیاں بھی پڑ گئی ہیں. انکل چڑی سواگ رات نو اپنی بیوی نو کہنا جانو مینوں کوئی ایسا کام دس مینوں کرنا کچھ نہ پوے. اوہ بیڈ تھلے بندہ کڈیا, کہندی لے پھر کنجرا ویکھی جا. ایئرپورٹ آئے گا تو اترے گا نا شرارتی. او یاد آ کی
ਤੂੰ ਤਾਂ ਸਿੱਧੇ ਹੀ ਪੈ ਜਾਣਾ ਸਾ, ਮੈਂ ਚੁੰਝ ਵਾਲੇ ਜਹਾਜ਼ ਤੇ ਬੈਠਾ, ਮੈਂ ਚੁੰਝ ਵਾਲੇ ਜਹਾਜ਼ ਤੇ ਬੈਠਾ, ਮੈਂ ਚੁੰਝ ਵਾਲੇ ਜਹਾਜ਼ ਤੇ ਬੈਠਾ। ਆਈ ਸਵੇਰ ਤੋਂ ਯਾਰ ਜੰਗੀ ਜਹਾਜ਼ ਕੀ ਹੁੰਦਾ? ਇਹ ਕਾਲੇ ਰੰਗ ਦਾ ਹੁੰਦਾ। ਨਹੀਂ ਮਤਲਬ ਤੇ ਕਾਲਾ ਕੀ ਹੁੰਦਾ? ਇਹ ਮੇਰਾ ਸਾਲਾ ਹੁੰਦਾ ਹੈ। ਮੈਨੂੰ ਦੱਸ ਦੇਣਾ ਮੇਲਾ ਪਹਿਲੇ ਬੜੇ ਪ੍ਰਾਣ ਹੁੰਦਾ। ਕੀ ਹੋਇਆ ਜੀ? ਉਹ ਅੱਗੇ ਖੁਸਰਾ ਮੇਰੇ 35 ਰੁਪਈਏ ਲੈ ਕੇ ਨਿਕਲ ਗਿਆ। ਉਹ ਮੈਨੂੰ ਤਾਂ ਪਤਾ ਉਦੋਂ ਲੱਗਾ ਜਦੋਂ ਉਹਨੇ ਕੇਟੂ ਦਾ ਸਿਗਰਟ ਲਾਇਆ। ਅੱਛਾ ਜੀ, ਮੁਬਾਰਕ ਹੋਵੇ। ਕੌਣ ਹੋ ਜੀ ਆ? ਤੂੰ ਕੌਣ? ਓਏ ਕੌਣ ਹੋ ਆਪ? ਤੁਮ ਕੌਣ ਹੋ ਕਿ ਮੁਸਾ ਪੁੱਛਨੇ ਵਾਲੀ? ਓ ਹੈਲੋ ਸਿਸਟਰ, ਆਰਾਮ ਸੇ? ਅੱਛਾ ਕੌਣ ਹੋ? ਆਰਾਮ ਨਾ, ਤੇਰੇ ਟਾਂਕੇ ਖੁੱਲਣ ਦਾ ਆ। ਹੈਲੋ ਕੌਣ ਹੋ? ਮਸਤ ਹੋ ਭਾਈ, ਮੈਂ ਤੁਹਾਡਾ ਖਸਮ ਹੂੰ। ਅੱਗੇ ਚੱਲ ਜਾ। ਅੱਗੇ ਚੱਲ ਜਾ। ਓਏ ਐ ਗਾ, ਖਤਮ ਹੋਏ। ਤੂੰ ਮੈਨੂੰ ਜਾਣਦੀ ਨਹੀਂ, ਤਮੀਜ਼ ਨਾ ਬੈਠ। ਤੂੰ ਮੁੰਡਾ ਨਹੀਂ ਜਾਣਦਾ, ਤੂੰ ਹੋ ਕੌਣ? ਤੂੰ ਮੈਨੂੰ ਜਾਣਦੀ ਨਹੀਂ। ਉਹ ਮੈਂ ਤਾਂ ਇੱਕ ਖੁਸਰੇ ਨਾਲ ਵਿਆਹ ਕੀਤਾ, ਉਹਦੇ ਵਿੱਚੋਂ ਔਲਾਦ ਹੋ ਗਈ ਸੀ। ਕਿੱਥੇ? ਹਾਂ ਔਲਾਦ ਕਿੱਥੇ? ਮੁਬਾਰਕ ਹੋਵੇ ਭਾਈ ਜੀ। ਜਿੰਨੀ ਮੈਨੂੰ ਖੁਸ਼ੀ ਜਨਾ, ਸਾਰਿਆਂ ਨੂੰ ਮੁਬਾਰਕ ਤੁਹਾਨੂੰ, ਸਾਰਿਆਂ ਨੂੰ ਮੁਬਾਰਕ ਹੋਵੇ। ਥੈਂਕ ਯੂ। ਔਰ ਤੁਹਾਡੀ ਨਿੱਕੀ ਵੱਡੀ ਨੂੰ ਮੁਬਾਰਕ ਹੋ। ਉਹ ਤੇਰੀ ਦਾਦੀ ਦੀ ਕਬਰ ਚ ਮੁਬਾਰਕ ਹੋ। ਉਹ ਤੇਰੀ ਦਾਦੀ ਦੀ ਛੱਤ ਤੇ ਮੁਬਾਰਕ ਹੋ। ਉਹ ਤੇਰੀ ਆ ਗਈ ਆ ਗਈ ਆ ਫਿਰ ਤੇਰੀ ਗੁੱਤ ਚ ਮੁਬਾਰਕ ਹੋ। ਉਹ ਤੁਹਾਨੂੰ ਮੁਬਾਰਕ ਹੋ, ਕਿਸੇ ਮੁਬਾਰਕ ਲੈਣੀ ਦਿਓ। ਸੁਣ ਲਿਆ ਜੇ ਬਾਈ ਜਾਨ, ਇਹ ਤੁਹਾਡਾ ਦੋਸਤ ਏ ਨਾਲ ਬਦਤਮੀਜ਼ੀ ਕਰਦਾ, ਖਬਰਦਾਰ ਮੇਰੇ ਪੈਸੇ ਕੱਢੇ ਤਾਂ ਮੈਂ ਠੁੱਡੇ ਮਾਰਾਂਗਾ ਤੈਨੂੰ। ਓਏ ਨੀਆਂ ਜੇਬਾਂ ਤੇਰੀਆਂ ਭੈਣਾਂ ਠੀਪਿਆਂ ਤੇ ਨੱਚਦੀਆਂ। ਐ ਬੱਜੀ ਕੰਨ ਦੇ ਉੱਤੇ ਅੱਜ 4 ਪੈਪ ਚਲਾ, 4 ਪੈਪ ਲੰਮਾ ਖਾਂਦਾ ਨਾ, ਅੱਜ 4 ਪੈਪ ਚਲਾ ਸਾਬ। ਆ ਪੁੱਤੇ ਕੋਈ ਨਹੀਂ, ਆ ਕੀ ਕਰੀਏ, ਆ ਹੁਣ ਤੇ ਨਾਤਾ ਮੈਂ। ਨਹੀਂ ਤੁਸੀਂ ਮੈਨੂੰ ਪੁੱਛਣਾ ਮੈਂ ਪਾਇਲਟ ਆ ਲੰਡਨ ਤੋਂ ਆਇਆ ਜਹਾਜ਼ ਲੈ ਕੇ। ਓ ਵੈਰੀ ਗੁੱਡ, ਟੋਪੀ ਤਾਂ ਪਾਓ ਨਾ। ਰਾਤੀ ਭਾਈ ਤੂੰ ਮੰਨਿਆ ਨੀ, ਮੈਂ ਕਿਹਾ ਦਫਾ ਮਾਰੋ। ਹੋਰ ਤੁਹਾਡੀ ਤਬੀਅਤ ਠੀਕ ਹੈ? ਠੀਕ ਆ। ਖੈਰ ਖਰੀਏ ਤੇ ਨਾ? ਠੀਕ ਆ। ਤੈਨੂੰ ਮੈਂ ਮਿਲ ਲਿਆ ਪਰਾਂ ਹੀ ਰੱਖ ਲੂ ਸਾਲਿਆ, ਤੇਰੇ ਤੇ ਨੈਣ ਨਕਸ਼ੀ ਸ਼ਰੀਅਤ ਦੇ ਖਿਲਾਫ ਨੇ। ਇਹ ਭਾਈ ਜੀ ਕਾਹਦੇ ਲਈ ਰੱਖਿਆ ਕਰ ਜਾਏਗਾ ਇਹ ਲਈ? ਤੁਸੀਂ ਪਾਇਲਟ ਹੋ? ਹਾਂਜੀ, ਕਰ ਲੈ ਜੋ ਚੈੱਕ ਕਰ ਲਓ। ਨਹੀਂ ਜਹਾਜ਼ ਚਲਾਉਂਦੇ ਹੋ? ਜੀ ਭਾਈ, ਜਹਾਜ਼ ਚਲਾਉਂਦੇ ਹੋ? ਇਹ ਜਹਾਜ਼ ਨੂੰ ਸਿਰਫ ਇੰਜੀਨੀਅਰ ਕਰਦੇ ਰਹਿੰਦੇ ਹੋ, ਕੀ ਮਤਲਬ? ਅੱਛਾ, ਇਹਨੂੰ ਮੈਂ ਪਛਾਣ ਲਿਆ, ਸਨੀ ਲਿਓਨ ਦਾ ਮੁੰਡਾ। ਨਹੀਂ ਹੈ ਉਹਦਾ ਹੀ, ਉਹਦੀਆਂ ਪੁਰਾਣੀਆਂ ਫਿਲਮਾਂ ਚੋਂ। ਹੋਰ ਸਰ ਠੀਕ? ਓ ਯਸ, ਮੈਂ ਪਛਾਣ ਲਿਆ ਪਾਇਲਟ। ਅਸੀਂ ਤੂੰ ਮੈਨੂੰ ਹੱਥ ਨਹੀਂ ਲਾਣਾ ਪੁੱਤਰ। ਕਿਉਂ? ਮੈਂ ਨਾ ਜੁਮਾ ਪੜਨਾ ਹੁੰਦਾ ਤੇਰੀ ਮਿਹਰਬਾਨੀ। ਪਾਇਲਟ ਦਾ ਕੋਈ ਜੋੜ ਨਹੀਂ। ਅੱਛਾ, ਇਹਨੂੰ ਮੈਂ ਪੁੱਛਿਆ ਤੇਰੇ ਪਿਓ ਦਾ ਕੀ ਨਾਂ? ਕਹਿੰਦਾ ਆਪਸ਼ਨ ਦੇ। ਕੀ ਬਾਤ ਸਰ, ਇਹਦੇ ਨਾਲ ਮੇਰਾ ਗੱਲ ਕਰਨਾ ਬਣਦਾ ਨਹੀਂ। ਤੁਸੀਂ ਠੀਕ ਹੋ? ਅਜੀ ਮੈਂ ਠੀਕ ਆ। ਤੇ ਘਰ ਦਾ ਮਾਲਕ? ਅਸੀਂ ਪਾਇਲਟ। ਕਾਕਾ ਕੀ ਲੈਣਾ ਜੀ? ਇਹਦੀ ਬੀਬੀ ਕਹਿੰਦੀ ਮੇਰੀ ਤਸਵੀਰ ਲਾ ਕੇ ਫੇਸਬੁੱਕ ਤੇ ਲਾ। ਹਾਂ, ਇਹਨੇ ਓਲੈਕਸ ਤੇ ਲਾਤੀ। ਕੀ ਬਾਤ ਤੇ ਬੇਟਾ ਪਹਿਲਾਂ ਓ ਬਿਸਮਿਲ੍ਲਾ। ਸਲਾਮੁਅਲੈਕੁਮ ਸਰ। ਇਹ ਕਿੱਥੋਂ ਫੜੀ ਜੇ ਪਿਸਤੀ ਕੁੱਤੀ? ਇਹ ਕੌਣ ਆ ਸ਼ਰਾਰਤ ਵਾਲੀ ਉਂਗਲ? ਪੈਸਾ ਤਾਰੋ ਤੇ ਕਰਾ। ਓਏ ਮੇਰੇ ਪਾਪਾ ਨੇ। ਅੱਛਾ, ਅੱਜ ਕੱਲ ਇਹ ਨੇ?
ਸੌਰੀ ਮੈਂ ਪਛਾਣ ਓਏ ਅੱਲਾ ਦੇ ਬੰਦੇ ਆ ਮੈਂ ਤੇ ਫੌਰਨ ਪਛਾਣ ਲਿਆ ਸੀ ਉਹ ਠੀਕ ਠਾਕ ਹੋ ਸਰੀਏ ਤੇ ਨਾ ਓ ਰੋਈ ਨਾ ਤੇਰੀ ਮਿਹਰਬਾਨੀ ਓ ਮਰੋੜੀ ਮੋਮਬੱਤੀ ਹੁੰਦੀ ਆ ਕੀ ਲਾਏ ਮੇਰੇ ਮੂੰਹ ਤੇ ਤੇਰੇ ਮੂੰਹ ਤੇ ਬੜਾ ਸਤੂਤ ਲੱਗਾ ਜਿਹੜਾ ਮੈਂ ਲਾ ਲਿਆ ਤੂੰ ਹਰ ਵਾਰੀ ਮੇਰੇ ਮੂੰਹ ਤੋਂ ਕੁਝ ਲਾਉਣਾ ਯਾਰ ਬੰਦੇ ਨਾਲ ਮੈਂ ਇੱਕ ਤਸਵੀਰ ਲਵਾਉਣਾ ਚਾਹ ਰਿਹਾ ਮੈਨੂੰ ਹੀਰੋ ਲੱਗ ਰਿਹਾ ਹਾਂ ਹੀਰੋ ਹੋਵੇ ਤੇ ਐਸਾ ਮਜ਼ਾ ਆ ਰਿਹਾ ਜੀ ਇਹ ਹਲੇ ਮੂੰਹ ਹੈ ਓ ਭਾਈ ਓਏ ਉਧਰ ਹੋ ਜਾ ਮਜ਼ੇ ਤੋਂ ਰਾਵੀ ਕਿਨਾਰੇ ਜਾ ਕੇ ਲੈਂਗੇ ਹੋਰ ਸੁਣਾਓ ਠੀਕ ਠਾਕ ਸਰ ਹਾਂ ਮਾਸ਼ਾ ਮੈਂ ਪਾਕਿਸਤਾਨ ਆਇਆ ਲੰਡਨ ਤੋਂ ਹਾਂ ਮੈਂ ਜਾਣਨਾ ਜਹਾਜ਼ ਚਲਾ ਕੇ ਆਇਆ ਸਰ ਮੈਂ ਤੁਹਾਡੀ ਅਖਬਾਰ ਵੀ ਪੜ੍ਹੀ ਤੇ ਟੀਵੀ ਦੇ ਉੱਤੇ ਤੁਹਾਡੀ ਮੈਂ ਵੇਖੀ ਉਹ ਖਬਰ ਵੀ ਥੈਂਕ ਯੂ ਸਰ ਮਾਜ ਬੜੇ ਨਫੀਸ ਆਦਮੀ ਨੇ ਸਰ ਸ਼ਰਾਬ ਪੀ ਕੇ ਜਹਾਜ਼ ਚਲਾਣਾ ਬੜਾ ਔਖਾ ਕੰਮ ਹੁੰਦਾ ਜੀ ਜੀ ਟੀਵੀ ਤੇ ਮੇਰੇ ਜ਼ਿਕਰ ਹੋਇਆ ਸੀ ਜੀ ਜੀ ਟੀਵੀ ਤੇ ਅਸੀਂ ਤੁਹਾਡਾ ਜ਼ਿਕਰ ਤੇ ਉਹ ਬੰਦੇ ਫੜੇ ਗਏ ਨੇ ਜਿੰਨਾ ਸ਼ਰਾਬ ਪੀ ਕੇ ਤੁਹਾਨੂੰ ਫੜਿਆ ਸੀ ਉਹ ਇਹਨੇ ਪੀਤੀ ਸੀ ਅੱਛਾ ਸਰ ਸੈਂਸ ਕੋ ਪੁੱਠੀ ਲਾ ਰਿਹਾ ਹੈ ਔਰ ਇਹ ਕੋਈ ਆਮ ਪਾਇਲਟ ਨਹੀਂ ਜੇ ਇਹ ਕਿਵੇਂ ਇਹ ਖਾਨਦਾਨ ਚ ਸਭ ਤੋਂ ਲੰਮਾ ਹੈ ਐ ਬਾਕੀ ਇਹਦੇ ਬੈਣ ਬਰਾ ਐਡੇ ਐਡੇ ਨੇ ਨੋ ਬੈਣ ਮੇਰਾ ਅੱਛਾ ਛੱਤ ਸੁੱਤੇ ਹੁਣ ਤੂੰ ਬਾਰਿਸ਼ ਹੋ ਜਾਵੇ ਤੇ ਕੋਈ ਨਹੀਂ ਲਾਣ ਜਾਂਦਾ ਹਾਂ ਪਰ ਨਾਲੇ ਜੁੜੇ ਦਿਨ ਠਾ 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 ਪੂਰੇ ਨੇ ਭਾਈ ਜੀ ਥੋੜਾ ਜਿਹਾ ਪਿੱਛੇ ਹੋ ਜਾ ਬਲਕਿ ਤਿੰਨ ਬੈਣਾਂ ਨੇ ਐਡੀਆਂ ਐਡੀਆਂ ਉਹਨਾਂ ਦਾ ਰਿਸ਼ਤਾ ਵੇਖਣਾ ਹੈ ਇਹਦੀ ਅੰਮੀ ਨੇ ਤਿੰਨੋਂ ਖੜਕਾ ਕੇ ਅੱਗੇ ਸੁੱਟਦੀਆਂ ਲੋ ਜੀ ਐਂਡ ਸੋ ਹਾਲਾਂਕਿ ਇੱਕ ਇੱਕ ਭੈਣ ਦੀ ਐਡੀ ਕੇ ਉਹ ਪਿੰਡ ਵਾਲਿਆਂ ਕ੍ਰਿਕਟ ਵਾਲਿਆਂ ਕੋਲ ਰੱਖੀ ਏ ਉਹ ਇੱਥੇ ਰੱਖ ਕੇ ਕਹਿੰਦੇ ਹਾਂ ਬਈ ਪੁਸ਼ਰਾ ਪੁੱਠੀ ਆਏ ਕਿ ਸਿੱਧੀ ਅੱਛਾ ਮੈਨੂੰ ਸਭ ਤੋਂ ਅੱਛਾ ਲੱਗਦਾ ਸੁਹੇਲ ਉਹ ਜਿਹੜਾ ਐਡਾ ਕਿ ਨਹੀਂ ਹੈਗਾ ਪੰਜਵੇਂ ਛੇਵੇਂ ਨੰਬਰ ਤੇ ਆਉਂਦਾ ਨਹੀਂ ਹਾਂ ਹਾਂ ਉਹ ਨੇ ਇੱਕ ਵਾਰੀ ਰਾਤੀ 2 ਵਜੇ ਮਨ ਮਨ ਟੂ ਟੂ ਤੇ ਕਾਰ ਚਲਾਤੀ ਮੈਂ ਖੂਹ ਚ ਡਿੱਗ ਪਿਆ ਅੱਛਾ ਉਹ ਟੀ ਟੀ ਕਰਦੀਆਂ 8 ਗੱਡੀਆਂ ਆਈਆਂ ਤੇ ਕਿ ਬਾਲਟੀ ਚ ਫਸਿਆ ਹੋਇਆ ਭਈ ਉਹਦੇ ਵਾਸਤੇ ਤੇ ਖੂਹ ਹੀ ਸੀ ਉਹ ਛੋਟਾ ਸੀ ਸਰ ਅਲੇ ਇੱਕ ਇਹਦਾ ਭਰਾ ਐਡਾ ਕਿ ਇਹ ਪਿਛਲੀਆਂ ਸਰਦੀਆਂ ਚ ਮੈਂ ਇਹਨੂੰ 100 ਰੁਪਏ ਦਿੱਤਾ ਮੈਂ ਕਿਹਾ ਜਾ ਕਾਕਾ ਗਰਮ ਦੁੱਧ ਲੈ ਕੇ ਆ ਕੜਾਈ ਦੇ ਥੱਲੇ ਉਹ ਫਿਰ ਕੇ ਆ ਕੇ ਕਹਿੰਦਾ ਚਾਚਾ ਦੁਕਾਨ ਬੰਦ ਆ ਇਹ ਕਹਿੰਦਾ ਭਰਾ ਐਡਾ ਕਿ ਉਹਨੂੰ ਘਰ ਲੈ ਜਾਓ ਵੱਡਾ ਹੋਏਗਾ ਦੇ ਜਾਣਾ ਓ ਓ ਓ ਓ ਪਰ ਕਿ ਇਹ ਕਹਿੰਦਾ ਭਰਾ ਲੰਗੜਾ ਜਦੋਂ ਚੂਪਣਾ ਦੱਸਦਾ ਹੀ ਹੁਣ ਚੰਗਾ ਰਹਿ ਆ ਕਹਿੰਦਾ ਮੇਰੀ ਭੈਣ ਨਾਲ ਵਿਆਹ ਕਰ ਲੈ ਐਡੀ ਨੇਕ ਤੇਰੇ ਅੱਗੇ ਧੌਣ ਨਹੀਂ ਚੁੱਕੇਗੀ ਮੈਂ ਕੌਰ ਨਾ ਵੇਖਿਆ ਉਹਦਾ ਮਨ ਘੱਟ ਉੱਠਾ ਹਾਈ ਸਾਹਿਬ ਆ ਕਹਿੰਦਾ ਮੇਰੀ ਭੈਣ ਨਾਲ ਵਿਆਹ ਕਰ ਲਾ ਕਹਿੰਦਾ ਐਡੀ ਸੋਹਣੀ ਪਾਣੀ ਪੀਂਦੀ ਪਾਣੀ ਇੱਥੋਂ ਨਜ਼ਰ ਆਉਂਦਾ ਮੈਂ ਗੌਰ ਨਾਲ ਵੇਖਿਆ ਉਹਦਾ ਬੁੱਲ ਵੱਡਿਆ ਇਹ ਪਾਣੀ ਜਾ ਰਿਹਾ ਤੇ ਇਹ ਮੈਨੂੰ ਕਹਿੰਦਾ ਮੇਰੀ ਭੈਣ ਨਾਲ ਵਿਆਹ ਕਰ ਲੈ ਫੇਰ ਮੈਂ ਕਰ ਲਿਆ ਆ ਨਹੀਂ ਨਹੀਂ ਮੈਂ ਮਜ਼ਾਕ ਓਏ ਆ ਵੀ ਚੁੰਮੀਆਂ ਦੇ ਕੇ ਫੈਸਲਾ ਬਾਦ ਲਾਹੌਰ ਆਉਣ ਵਾਲੇ ਆ ਭਾਜੀ ਪਹਿਲੇ ਘਰ ਚ ਗਨਮੈਨ ਵਾੜੇ ਨੇ ਤੇ ਫਿਰ ਇਸ ਤਰ੍ਹਾਂ ਕੰਮ ਤੇ ਨਹੀਂ ਚੱਲਣਾ ਓ ਭਾਜੀ ਗਾਰਡ ਹੈਗੇ ਮੈਂ ਗਾਰਡ ਕਰਾਈਆਂ ਗਾਰਡ ਕਾ ਮੇਰੇ ਤਨ ਮਨ ਗਾਰਡ ਹੋ ਗਾਰਡ ਇਹ ਕਿਹੜਾ ਗਾਰਡ ਹੈ ਕ੍ਰਿਕਟ ਵਾਲਾ ਤੇ ਨਹੀਂ ਨਹੀਂ ਭਾਈ ਜਾਨ ਇਹ ਜਿੱਤ ਕੇ ਗਾਰਡ ਇਹ ਸੇਵ ਗਾਰਡ ਅੱਛਾ ਫੈਰਿੰਗ ਸ਼ੇਰਿੰਗ ਨਹੀਂ ਜਹਾਜ਼ ਦੇ ਨਾਲ ਮਿਲਿਆ ਹੈ ਅੱਛਾ ਜਹਾਜ਼ ਦੇ ਨਾਲ ਜਹਾਜ਼ ਤੁਹਾਡਾ ਨਿਕਲਿਆ ਕਿ ਬਟ ਉਹ ਮੇਰੇ ਭਾਈ ਅਬਦੁਲਮਾਨ ਮਾਨਾ ਅੱਛਾ ਮਾਨਾ ਸਾਹਿਬ ਦਾ ਨਿਕਲਿਆ ਤੁਹਾਡਾ ਤੇ ਕੋਈ ਤਲਕ ਨਹੀਂ ਨਾ ਮਾਨਾ ਮਾਨਾ ਵਾਲੇ ਦਾ ਜਹਾਜ਼ ਉਹਨਾਂ ਦਾ ਨਿਕਲਿਆ ਮਾਨਾ ਵਾਲੇ ਦਾ ਜਹਾਜ਼ ਨਿਕਲਿਆ ਹੀ ਓਏ ਹੱਥ ਨਾ ਲਾ ਇਹ ਉਹੀ ਤੇ ਲੈਣ ਆਇਆ ਓਏ ਇਨਸਾਨ ਬਣੋ ਮੈਂ ਗਾਰਡ ਕਰਾਇਆ ਗਾਰਡ ਕਾ ਮੇਰੇ ਤਨ ਮਨ ਗਾਰਡ ਹੋ ਗਾਰਡ ਹੋ ਤੂੰ ਨਾ ਵਿੱਚ ਬੋਲਾ ਪਰੇ ਹੋ ਜਾ ਮੈਂ ਸੌਦੇ ਕੀਤੇ ਗਾਰਡ ਦੇ ਮੇਰੀ ਸੋਚ ਗਈ ਪੇਚ ਵਾਹ ਵਾਹ ਕੀ ਆ ਤੋ ਮਨੇ ਪਾਮਨੇ ਬਾਹਰ ਤੁਹਾਡੇ ਗੈਸਟ ਆਏ ਨੇ ਸਰ ਤੁਹਾਡਾ ਜਾਦ ਨਹੀਂ ਲੈ ਹੱਥ ਨਹੀਂ ਲਾਉਣਾ ਪਰੇ ਹੋ ਗਿਆ ਹੱਥ ਨਹੀਂ ਲਾਉਣਾ ਗਿੱਲਾ ਗਿੱਲਾ ਹੱਥੇ ਮਿਲਾਉਂਦੇ ਲਾ ਲਾ ਗਾਰਡ ਹੈਗਾ ਦਿਲ ਤੇ ਨਾ ਰੱਖ ਲਾ ਲਾ ਕੋਈ ਗੱਲ ਬਿਲਾ ਨਾ ਸਰ ਸਰ ਮੈਂ ਸਲਾਮ ਕਰ ਵਾਹ ਸਲਾਮ ਸਰ ਜਹਾਜ਼ ਤੁਹਾਡਾ ਨਿਕਲਿਆ ਸਰ ਅੱਜੀ ਜਰਾ ਸਰ ਮੈਂ ਪਾਇਲਟ ਆਦਮੀ ਆ ਮੈਂ ਐਡਾ ਟੈਕਨੀਕਲ ਬੰਦਾ ਮੈਂ ਸ਼ਰਾਬ ਪੀ ਕੇ ਪਾਕਿਸਤਾਨ ਪਹੁੰਚ ਗਿਆ ਤੁਸੀਂ ਮੈਨੂੰ ਪਾਇਲਟ ਰੱਖ ਲਓ ਜੀ ਉਹ ਜਨਾਬ ਜਹਾਜ਼ ਸਾਡਾ ਵੱਡਾ ਹੈ ਤੁਸੀਂ ਨਿਕੇ ਦੇ ਹੈਗੇ ਹੋ ਤੇ ਜੇ ਕੋ ਤੁਹਾਡੇ ਹਿਸਾਬ ਦਾ ਤੁਹਾਨੂੰ ਜਹਾਜ਼ ਦੇ ਦੇਣਾ ਚਲਾਜ ਨੂੰ ਲਾਓਗੇ ਭਾਜੀ ਇੱਕ ਪੁੱਠੀ ਗੱਲ ਕਰ ਰਹੇ ਨੇ ਨਹੀਂ ਨਹੀਂ ਉਹ ਵੇਖਣ ਨੂੰ ਛੋਟਾ ਜਿਹਾ ਲੱਗਦਾ ਜਹਾਜ਼ ਵੱਡੇ ਵੱਡੇ ਸਾਂਭੇ ਨੇ ਇਹਨੇ ਪੀ ਆਈਏ ਮਤਲਬ ਚਲਾ ਲੈਂਦਾ ਹਾਂ ਤੁਸੀਂ ਤੁਸੀਂ ਰਿਜੈਕਟ ਨਾ ਕਰੋ ਤੁਸੀਂ ਸਭ ਤੋਂ ਪਹਿਲਾਂ ਉਹਦੀ ਫੇਸਬੁੱਕ ਚੈੱਕ ਕਰੋ ਓ ਯਾਰ ਵੇਖੀ ਫੇਸਬੁੱਕ ਰੋਂਦਾ ਫੇਸਬੁੱਕ ਤੇ ਕਿ ਫੇਸਬੁੱਕ ਖਾਣ ਜੋ ਕਰੀ ਰਿਹਾ ਬੁੱਕ ਸੁੱਜੀ ਆ ਭਾਈ ਇਹ ਬੰਦਾ ਕੋਈ ਗਲਤ ਗੱਲਾਂ ਵਿੱਚ ਕਰ ਰਿਹਾ ਹੈ ਜਨਾਬ ਇੱਕ ਮਿੰਟ ਮੈਂ ਜਹਾਜ਼ ਕੱਢਾਂ ਤੇਰੀ ਜੋ ਡਿਊਟੀ ਹੈ ਗੱਟਰ ਕੱਢ ਜਾ ਕੇ ਜਹਾਜ਼ ਕੱਢਣ ਟੁਰਿਆ ਲੱਗਾ ਅੱਛਾ ਇਹੋ ਜਿਹਾ ਬੰਦਾ ਈਦ ਵਾਲੇ ਦਿਨ ਮਰ ਕੇ ਨਾ ਸਾਰੇ ਟੱਬਰ ਦੀ ਈਦ ਖਰਾਬ ਕਰ ਦਿੰਦਾ ਵੀ ਸਾਲਿਆ ਤੂੰ 2 ਘੰਟੇ ਬਾਅਦ ਚ ਮਰ ਜਾ
ਭਾਜੀ ਤੁਸੀਂ ਮੈਨੂੰ ਆਪਣੇ ਘਰ ਰੱਖ ਲਓ। ਨਹੀਂ ਜਹਾਜ਼ ਨੇ ਜਹਾਜ਼ ਵੇਚਣਾ ਹੀ ਵੇਚਣਾ, ਤੁਹਾਡੇ ਅੱਗੇ ਵੇਚਣਗੇ। ਅੱਛਾ ਮੇਰੇ ਦਿਲ 'ਚ ਵੀ ਇਹ ਗੱਲ ਆ ਨਾ ਦੇ ਯਾਰ, ਨੌਕਰੀ ਨਹੀਂ ਦਿੱਤੀ, ਬਦਵਾਵਾਂ ਤੇ ਨਾ ਦੇ, ਤੈਨੂੰ ਕਹਿੰਦੇ ਤੈਨੂੰ ਜਹਾਜ਼ ਲਾ ਦੇਣਗੇ ਕਿਹਾ। ਅੱਛਾ ਇਹੋ ਜਿਹਾ ਪਿੰਡ 'ਚ ਨਾਈ ਹੁੰਦਾ, ਦੇਗ ਪਕਾ ਕੇ ਦੂਰ ਖਲੋ ਜਾਂਦਾ, ਪਤਾ ਨਹੀਂ ਕਿਹੋ ਜਿਹੀ ਪੱਕੀ ਆ। ਉਹ ਮੇਰੇ ਭਾਈ ਨੇ ਵੱਡੇ, ਤੇਰੇ ਭਾਈ ਮੇਰੇ ਨਾਲ ਡਾਇਰੈਕਟ ਨਾ ਨਾ ਹੋਣ। ਚਲੋ ਤੁਸੀਂ ਆ ਜਾਓ ਨਾ ਮੇਰੇ ਨਾਲ, ਆਪਣੇ ਘਰ ਰੱਖ ਲਓ। ਆ ਜਾਓ ਆ ਜਾਓ। ਘਰ 'ਚ ਕੌਣ ਹੈ? ਸ਼ੀ ਇਜ਼ ਮਾਈ ਵਾਈਫ। ਭਾਬੀ ਨੇ? ਹਾਂਜੀ ਹਾਂਜੀ। ਯਾਰ ਕੀ ਤਕੱਲਫ ਕਰਨ ਡਿਆ ਦਹਾ ਮਾ। ਓ ਕਾਕਾ ਓਏ, ਨਾ ਬੜ ਖਾਣਾ ਛਣਾ ਉਹ ਹੀ ਬਣਾਉਂਦੇ ਨੇ। ਅੱਜੀ ਹਾਂ ਭਾਬੀ ਨਾਲ ਤੁਸੀਂ ਗੱਲ ਵਧਾਉਣ ਡਏ, ਜੋ ਗੱਲ ਕਰਨ ਡਏ ਉਹ ਕਰੋ। ਅੱਛਾ ਭਾਜੀ ਤੁਹਾਡਾ ਬਰਫੜਾ ਫਟਾ? ਹਾਂਜੀ। ਨਹੀਂ ਤਦੀ ਤੁਹਾਡਾ ਮੂੰਹ ਸੁਵੇਰ ਗਿਆ। ਮਤਲਬ ਗੁਫ਼ਤਗੂ ਜਿਵੇਂ ਕਨਵਰਸੇਸ਼ਨ। ਹਾਂਜੀ ਹਾਂਜੀ ਹਾਂਜੀ। ਮੇਰੀ ਜਿਹੜੀ ਵਾਈਫ ਹੈ ਨਾ, ਉਹਨੂੰ ਡਿਸਕ ਨਹੀਂ ਲੱਗਦੀ, ਐ ਲੱਗਦੀ ਹੈ ਯੂ ਐਸ ਬੀ। ਸਵੇਰੇ ਚਿੱਟੀ ਕਮੀਜ਼ ਪਾਈ ਸੀ, ਬਸ ਗੋੜ ਵਾਲੇ ਚੌਲ ਪਾਏ ਉੱਤੇ। ਤੁਸੀਂ ਚਾਚਾ ਜੀ ਸਮੁੰਦਰੀ ਡੇਢ ਸੌ ਤੱਕ ਲਾਗ ਨਹੀਂ ਗਈ? ਯਾਰ ਸੈਲ ਤੋਂ ਸਵਾ ਸੌ ਤੱਕ ਕੱਢ ਦਿੰਦਾ ਜੇ ਸੱਚੀ ਸਵਾ ਜੀ। ਤੁਸੀਂ ਵਿਹਲੇ ਹੀ ਹੋ ਕਿਉਂ? ਤੂੰ ਮੇਰੇ ਕੋਲ ਭੈਣ ਕਢਾਣੀ ਤੁਸੀਂ ਵਾਲਦਾ ਦੀ ਤਲਾਕ ਪੜਾਉਣੀ ਮੇਰੇ ਕੋਲੋਂ? ਸਲਾਹ ਕਰਦੀ, ਮੈਂ ਤੈਨੂੰ ਲੈਣਾ ਰੱਖਣੀ ਆਈ। ਤੁਸੀਂ ਮੇਰੇ ਨਾਲ ਗੱਲ ਨਾ ਕਰੋ। ਕੀ ਹੋਇਆ? ਕੀ ਤੁਸੀਂ ਮੈਨੂੰ ਕਦੀ ਪੈ ਨਹੀਂ ਸਮਝਿਆ? ਆਪਣੀ ਮਸਲਾ ਪੈ ਗਿਆ ਇਸ ਘਰ, ਮੇਰਾ ਤੁਸੀਂ ਕਮਰਾ ਬਦਲ ਦੋ। ਵਜਾ ਪ੍ਰੋਬਲਮ? ਸ਼ੋਰ ਬੜਾ ਪੈ ਰਿਹਾ। ਮੈਂ ਤੈਨੂੰ ਪੁੱਛ ਰਿਹਾ ਕਿ ਤੂੰ ਆਪਣੇ ਬੰਦੇ ਨੂੰ ਦੱਸ ਕੇ ਆਈ ਕਿ ਨਹੀਂ? ਦੱਸ ਕੇ ਆਈ ਹੈ ਮੈਂ ਤਾਂ ਕੋਲ ਮੈਨੂੰ। ਜਹਾਜ਼ ਮੇਰੇ ਕੋਲ ਹੁੰਦਾ ਤੇ ਮੈਂ ਪਿੰਡ ਨਾਲ ਆਇਆ ਹੁੰਦਾ ਹੈ? ਤੂੰ ਪਾਗਲੇ ਸਦਾਣੇ ਲੜ ਬਰਖਤ ਭਰਾ ਛੱਡ ਗਿਆ ਕੀ ਆਪਣੇ ਬੰਦੇ ਨੂੰ ਇੱਥੇ? ਭਾਈ ਨਾ ਮਸਲਾ ਪੈ ਜਾਣਾ ਇੱਥੇ ਬੜਾ, ਮੈਂ ਤੁਹਾਨੂੰ ਦੱਸ ਹੀ ਜਾ। ਭਾਈ ਹੋਇਆ ਕੀ ਹੈ? ਇਹ ਨਾਲ ਬੱਕਰੀ ਆ। ਨਹੀਂ ਬੱਕਰੀ ਤਾਂ ਕੋਈ ਨਹੀਂ ਇੱਥੇ। ਕੌਣ ਕਹਿਣ ਡਿਆ ਲੱਤਾਂ ਬੰਨ ਲੱਗਦੀਆਂ? ਯਾਰ ਇੱਥੋਂ ਪਰਾਂ ਲੈ ਜਾਓ, ਅਸੀਂ ਰੈਸਟ ਵੀ ਕਰ ਲਈਏ।